ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਟਵੀਟ ਰਾਹੀਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਆਪਣੇ ਕਾਰਜਕਾਲ ਦੌਰਾਨ ਜਿਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਸਬੂਤ ਹੋਣ ਦਾ ਉਹ ਦਾਅਵਾ ਕਰ ਰਹੇ ਨੇ ਉਹ ਮੁੱਖ ਮੰਤਰੀ ਪੰਜਾਬ ਨੂੰ ਸੌਂਪ ਦੇਣ ਤਾਂ ਜੋ ਉਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾ ਸਕੇ। ਆਪਣੀ ਅਪੀਲ ਵਿੱਚ ਵਿੱਤ ਮੰਤਰੀ ਚੀਮਾ ਨੇ ਕਿਹਾ ਹੈ ਕਿ ਬੇਸ਼ੱਕ ਆਪਣੀ ਸਰਕਾਰ ਵੇਲੇ ਕੈਪਟਨ ਸਾਹਿਬ ਨੇ ਕੋਈ ਕਾਰਵਾਈ ਇਹਨਾਂ ਲੋਕਾਂ ਦੇ ਖਿਲਾਫ ਨਹੀਂ ਕੀਤੀ ਹੈ, ਪਰ ਹੁਣ ਪ੍ਰੈਸ ਨੂੰ ਦਿੱਤੇ ਹੋਏ ਬਿਆਨ ਵਿੱਚ ਉਹਨਾਂ ਇਹ ਮੰਨਿਆ ਹੈ ਕਿ ਉਸ ਵੇਲੇ ਭ੍ਰਿਸ਼ਟਾਚਾਰ ਹੋਇਆ ਸੀ ਅਤੇ ਇਸ ਸੰਬੰਧ ਵਿੱਚ ਸਬੂਤ ਉਹਨਾਂ ਦੇ ਕੋਲ ਨੇ ਅਤੇ ਜੇ ਇਹ ਸਬੂਤ ਉਹ ਚਾਹੁਣ ਤਾਂ ਮੁੱਖ ਮੰਤਰੀ ਪੰਜਾਬ ਨੂੰ ਦੇ ਸਕਦੇ ਨੇ ਅਤੇ ਇਸ ਸੰਬੰਧ ਵਿੱਚ ਸਬੂਤ ਉਹਨਾਂ ਦੇ ਕੋਲ ਹਨ ਅਤੇ ਇਹ ਸਬੂਤ ਉਹ ਮੁੱਖ ਮੰਤਰੀ ਪੰਜਾਬ ਨੂੰ ਦੇ ਸਕਦੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਐਡਮਿਟ ਕੀਤਾ ਕਿ ਉਹਨਾਂ ਦੀ ਸਰਕਾਰ ਸਮੇਂ ਖੁੱਲ੍ਹ ਕੇ ਭ੍ਰਿਸ਼ਟਾਚਾਰ ਹੋਇਆ, ਬਹੁਤ ਸਾਰੇ ਮੰਤਰੀ ਬਹੁਤ ਸਾਰੇ MLA ਉਸ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲਵ ਸੀ, ਭ੍ਰਿਸ਼ਟਾਚਾਰ ਕਰ ਰਹੇ ਸੀਗੇ, ਪਰ ਲੇਕਿਨ ਉਸ ਸਮੇਂ ਕੈਪਟਨ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ, ਪਰ ਲੇਕਿਨ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਹੋਏ ਕਿਹਾ ਗਾ ਕਿ ਉਹਨਾਂ ਭ੍ਰਿਸ਼ਟਾਚਾਰੀਆਂ ਦੀ, ਚਾਹੇ ਉਹ MLA ਸੀ ਜਾਂ ਮੰਤਰੀ ਸੀ, ਉਹਨਾਂ ਦੀਆਂ ਫਾਈਲਾਂ ਉਹਨਾਂ ਸੰਬੰਧੀ ਸਬੂਤ ਕੈਪਟਨ ਸਾਹਿਬ ਕੋਲ ਲੈਗੇ। ਸੋ ਮੈਂ ਬੇਨਤੀ ਕਰਦਾ ਕੈਪਟਨ ਸਾਹਿਬ ਨੂੰ ਕਿ ਸਬੂਤ ਉਹ ਫਾਈਲਾਂ ਸਰਕਾਰ ਕੋਲ ਸਬਮਿਟ ਕਰੋ। ਜਿਹੜੀਆਂ ਫਾਈਲਾਂ ਕੈਪਟਨ ਸਾਹਿਬ ਤੁਸੀਂ ਜਾਂ ਜਿਹੜੇ ਸਬੂਤ ਤੁਸੀਂ ਸਰਕਾਰ ਨੂੰ ਦਿਓਗੇ ਉਹਨਾਂ ਸਬੂਤਾਂ ਦੇ ਆਧਾਰ 'ਤੇ, ਉਹਨਾਂ ਫਾਈਲਾਂ ਦੇ ਐਵੀਡੈਂਸ ਦੇ ਆਧਾਰ 'ਤੇ ਸਰਕਾਰ ਜਿਹੜੀ ਆ ਉਹਨਾਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼, ਚਾਹੇ ਕੋਈ ਮੰਤਰੀ ਰਿਹਾ ਗਾ, ਚਾਹੇ ਕੋਈ MLA ਰਿਹਾ ਗਾ, ਚਾਹੇ ਕੋਈ ਵੱਡਾ ਅਫਸਰ ਹੈਗਾ, ਸਭ ਦੇ ਖਿਲਾਫ਼ ਸਰਕਾਰ ਸਖ਼ਤ ਤੋਂ ਸਖ਼ਤ ਐਕਸ਼ਨ ਲਊਗੀ। ਸੋ ਜਿੰਨੇ ਵੀ ਸਬੂਤ ਕੈਪਟਨ ਸਾਹਿਬ ਤੁਹਾਡੇ ਕੋਲ ਨੇਗੇ ਉਹ ਸਾਰੇ ਤੁਰੰਤ ਪੰਜਾਬ ਸਰਕਾਰ ਨੂੰ ਸੌਂਪੋ ਤਾਂ ਕਿ ਅਸੀਂ ਉਹਨਾਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਸਕੀਏ। ਵਿੱਤ ਮੰਤਰੀ ਪੰਜਾਬ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਹੁਣ ਭ੍ਰਿਸ਼ਟਾਚਾਰ ਦੇ ਲਈ ਕੋਈ ਥਾਂ ਨਹੀਂ ਹੈ, ਚਾਹੇ ਕੋਈ ਅਫਸਰ ਹੋਵੇ, ਨੇਤਾ ਹੋਵੇ ਜਾਂ ਕੋਈ ਵਿਧਾਇਕ ਹੋਵੇ, ਕਿਸੇ ਨੂੰ ਵੀ ਸਰਕਾਰ ਨਹੀਂ ਬਖਸ਼ੇਗੀ ਅਤੇ ਹੁਣ ਉਹਨਾਂ ਦੀ ਜਗ੍ਹਾ ਬਾਹਰ ਨਹੀਂ ਸਗੋਂ ਸਲਾਖਾਂ ਪਿੱਛੇ ਹੋਵੇਗੀ। ਇਸ ਅਪੀਲ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਹੁਣ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਰੌਂ ਵਿੱਚ ਆ ਗਈ ਹੈ ਅਤੇ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਤਾਂ ਆਮ ਜਨਤਾ ਲਈ ਇੱਕ ਵੱਡੀ ਰਾਹਤ ਵਾਲੀ ਗੱਲ ਹੋਵੇਗੀ। ਬਿਊਰੋ ਰਿਪੋਰਟ ਦਾ ਖਾਲਸ TV।